ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ SGBC ਦੇ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ ਜਿੰਨੇ ਵੀ ਗੁਰਦੁਆਰੇ ਨੇ ਕਿ ਹੁਣ ਗੁਰਦੁਆਰਿਆਂ ਦੇ ਵਿੱਚ ਜਹਾਜ਼ ਜਿਹੜੇ ਆ ਖਿਡੌਣੇ ਜਹਾਜ਼ ਨਹੀਂ ਚੜਾਏ ਜਾਣਗੇ। ਇਸ ਵਕਤ ਅਸੀਂ ਤਲਨ ਸਾਹਿਬ ਗੁਰਦੁਆਰਾ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਲਜੀਤ ਸਿੰਘ ਜੀ ਮੌਜੂਦ ਨੇ ਜੋ ਕਿ ਇਸ ਗੁਰਦੁਆਰੇ ਦੇ ਕਮੇਟੀ ਦੇ ਮੈਨੇਜਰ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਮੁੱਦੇ ਤੇ ਉਹਨਾਂ ਦਾ ਕੀ ਕਹਿਣਾ ਹੈ। ਤੇ ਸਭ ਤੋਂ ਪਹਿਲਾਂ ਸਵਾਗਤ ਹੈ ਬਲਜੀਤ ਜੀ ਤੁਹਾਡਾ। ਜਿੰਨੇ ਵੀ ਗੁਰਦੁਆਰੇ ਹਨ ਖਿਡੌਣੇ ਜਹਾਜ਼ ਨਹੀਂ ਚੜਾਉਣਾ ਤੇ ਉਹਨਾਂ ਦੀ ਹਦਾਇਤ ਦੇ ਮੁਤਾਬਿਕ ਅਸੀਂ ਇੱਥੇ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਤੁਸੀਂ ਖਿਡੌਣੇ ਜਹਾਜ਼ ਨਾ ਚੜਾਓ ਤੇ ਸੰਗਤਾਂ ਸਾਡੀ ਬੇਨਤੀ ਮੰਨ ਰਹੀ ਹੈ। ਇਸ ਕਰਕੇ ਉਹਨਾਂ ਨੇ ਸਾਰੀ ਸਿੱਖ ਸੰਗਤ ਨੂੰ ਇੱਕ ਹਦਾਇਤ ਦਿੱਤੀ ਹੈ ਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ, ਬੇਨਤੀ ਕਰ ਰਹੇ ਤੇ ਸੰਗਤਾਂ ਮੰਨ ਰਹੀ ਹੈ। ਕਿਸ ਜ਼ਰੀਏ ਤੁਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹੋ ਕਿ ਤੁਸੀਂ ਕੁਝ ਪੋਸਟਰ ਜਾਂ ਕੁਝ ਅਨਾਊਂਸਮੈਂਟ ਕਰਵਾ ਰਹੇ ਹੋ ਗੁਰਦੁਆਰੇ ਦੇ ਅੰਦਰ? ਹਾਂਜੀ ਹਾਂਜੀ, ਜਿੱਦਾਂ ਅਨਾਊਂਸਮੈਂਟ ਵੀ ਦੱਸੇ ਵੀ ਸੰਗਤ ਬਹੁਤ ਪੜ੍ਹੀ ਲਿਖੀ ਹੈ, ਸਮਝਦੀ ਹੈ ਕਿ ਬਾਹਰ ਸੇਵਾਦਾਰ ਲੱਗੇ ਹਨ ਅਤੇ ਸੇਵਾਦਾਰ ਸਮਝਾ ਰਹੇ ਹਨ, ਬੇਨਤੀ ਕਰ ਰਹੇ ਹਨ ਸੰਗਤਾਂ ਮੰਨ ਰਹੇ ਹਨ। ਮਨਾਈ ਦੇ ਬਾਵਜੂਦ ਕਿ ਗੁਰਦੁਆਰੇ ਦੇ ਵਿੱਚ ਜਹਾਜ਼ ਚੜਾਏ ਜਾ ਰਹੇ ਨੇ ਕਿ ਨਹੀਂ? ਅੰਦਰ ਗੁਰਦੁਆਰਾ ਸਾਹਿਬ ਅੰਦਰ ਨਹੀਂ ਆ ਰਹੇ, ਗੁਰਦੁਆਰਾ ਸਾਹਿਬ ਦੇ ਜਹਾਜ਼ ਨਹੀਂ ਚੜਾਏ ਜਾ ਰਹੇ, ਸੰਗਤਾਂ ਲੈ ਕੇ ਆਉਂਦੇ ਤੇ ਬਾਹਰ ਹੀ ਰੱਖ ਦਿੰਦੇ। ਤੇ ਸੰਗਤਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਤੁਸੀਂ ਸਾਡੇ ਚੈਨਲ ਤੇ ਰਾਹੀਂ? ਚੈਨਲ ਰਾਹੀਂ ਇਹੀ ਆ ਕਿ ਗੁਰੂ ਘਰ ਨਾਲ ਜੁੜੋ, ਜੋ ਮਰਿਆਦਾ ਹੈ ਉਹਨੂੰ ਵੀ ਬਹਾਲ ਕਰੋ ਅਤੇ ਅਰਦਾਸ ਬੇਨਤੀ ਕਰੋ ਆ ਕੇ ਅਤੇ ਬਾਕੀ ਸਿੱਖ ਕੌਮ ਮੰਨਦੀ ਵੀ ਆ ਇੱਥੇ ਆ ਕੇ ਤਨ ਮਨ ਧਨ ਦੇ ਸੇਵਾ ਕਰਕੇ ਅਤੇ ਦੇਗ ਕਰਾ ਕੇ ਅਰਦਾਸ ਬੇਨਤੀ ਕਰਾ ਰਹੀ ਹੋ ਸਕਦਾ। ਅਤੇ ਕੁਝ ਸੰਗਤ ਦੇ ਵਿੱਚ ਰੋਸ ਨਹੀਂ ਹੈ ਵੀ ਜਹਾਜ਼ ਬਣ ਕੇ ਉਹ ਨਾ ਹੀ ਕੋਈ ਦਫ਼ਤਰੀ ਕੰਪਲੇਂਟ ਆਈ ਹੈ। ਜਿਵੇਂ ਕਿ ਸਾਡੇ ਨਾਲ ਮੌਜੂਦ ਸੀਗੇ ਬਲਜੀਤ ਸਿੰਘ, ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਇਹਦੇ ਹਦਾਇਤਾਂ ਦੇ ਪਿੱਛੇ ਕੀ ਵਜ੍ਹਾ ਸੀ, ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਸਿਰਫ ਮਨ ਮਤ ਹੈ, ਜਿਹੜੀ ਆਪਾਂ ਗੁਰੂ ਘਰ ਆ ਕੇ ਜਿਹੜੀ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਸਾਡੀ ਅਰਦਾਸ ਮਨਜ਼ੂਰ ਕਰ ਲੈਂਦੇ ਨੇ ਤੇ ਇਹ ਸਭ ਜਿਹੜੀਆਂ ਹਦਾਇਤਾਂ ਨੇ SGBC ਦੇ ਵੱਲੋਂ ਜਿਹੜੀਆਂ ਸਾਰੇ ਗੁਰਦੁਆਰਿਆਂ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ। ਫਿਲਹਾਲ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਤੁਹਾਨੂੰ ਅਸੀਂ ਸੁਣਾਈ ਦਿੱਤੀ। ਪੰਜਾਬੀ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਇਸ ਵਕਤ ਅਸੀਂ ਤਲਨ, ਪਿੰਡ ਤਲਨ ਦੇ ਵਿੱਚ ਮੌਜੂਦ ਹਾਂ ਤੇ ਧੰਨ ਧੰਨ ਬਾਬਾ ਨਿਹਾਲ ਸਿੰਘ ਦੇ ਗੁਰਦੁਆਰੇ ਦੇ ਵਿੱਚ ਹਾਂ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ SGBC ਨੂੰ ਇਹ ਹਦਾਇਤਾਂ ਸੀਗੀਆਂ ਕਿ ਹੁਣ ਗੁਰਦੁਆਰਿਆਂ ਦੇ ਵਿੱਚ ਜਹਾਜ਼ ਖਿਡੌਣੇ ਜਹਾਜ਼ ਜਿਹੜੇ ਉਹ ਨਹੀਂ ਛੁਡਾਏ ਜਾਣਗੇ। ਇਸੇ ਸੰਬੰਧ ਦੇ ਵਿੱਚ ਅੱਜ ਅਸੀਂ ਤਲਨ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਆਏ ਹਾਂ ਤੇ ਅੰਦਰ ਚੱਲ ਕੇ ਦੇਖਾਂਗੇ ਕਿ ਜਿਹੜੀਆਂ ਹਦਾਇਤਾਂ ਦਾ ਪਾਲਣ ਹੋ ਰਿਹਾ ਹੈ ਤੇ ਸੰਗਤਾਂ ਦਾ ਇਸ ਨੂੰ ਲੈ ਕੇ ਕੀ ਵਿਚਾਰ ਹੈ, ਕਿਉਂਕਿ ਇਹ ਜਿਹੜਾ ਗੁਰਦੁਆਰਾ ਹੈ ਇਹਨੂੰ ਜਹਾਜ਼ਾਂ ਵਾਲਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਤੇ ਸਭ ਤੋਂ ਜਿਹੜਾ ਮਸ਼ਹੂਰ ਗੁਰਦੁਆਰਾ ਹੈ ਤੇ ਪਰ ਇਸ ਨੂੰ ਕੀ ਹਦਾਇਤਾਂ ਨੇ ਤੇ ਕੀ ਇਹਦੀ ਪਾਲਣਾ ਹੋ ਰਹੀ ਨੇ, ਇਹਦੇ ਬਾਰੇ ਅਸੀਂ ਇੱਥੇ ਦੇ ਮੈਨੇਜਰ ਦੇ ਨਾਲ ਬਲਜੀਤ ਸਿੰਘ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਹੁਣ ਖਿਡੌਣੇ ਜਹਾਜ਼ ਚੜਾਏ ਜਾ ਰਹੇ ਨੇ ਜਾਂ ਨਹੀਂ ਚੜਾਏ ਜਾ ਰਹੇ ਨੇ। ਜਿਵੇਂ ਕਿ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਇਆ ਹੈ ਕਿ SGBC ਦੀ ਹਦਾਇਤਾਂ ਨੇ ਕਿ ਹੁਣ ਤਲਨ ਸਾਹਿਬ ਦੇ ਗੁਰਦੁਆਰੇ 'ਚ ਜਾਂ ਫਿਰ ਹੋਰ ਵੀ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਹਾਜ਼ ਨਹੀਂ ਚੜਾਏ ਜਾਣਗੇ। ਅਸੀਂ ਇਸ ਮੁੱਦੇ ਨਾਲ ਜੁੜੀ ਹੋਈ ਗੱਲਬਾਤ ਮੈਨੇਜਰ ਬਲਜੀਤ ਸਿੰਘ ਦੇ ਨਾਲ ਵੀ ਕੀਤੀ ਹੈ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਇਸ ਨੂੰ ਲੈ ਕੇ ਉਹਨਾਂ ਦੇ ਕੀ ਵਿਚਾਰ ਨੇ, ਬਟ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ। ਜਿਵੇਂ ਕਿ ਇੱਕ ਸਾਨੂੰ ਮਿਲੇ ਸੀਗੇ ਉਹ ਦਿੱਲੀ ਤੋਂ ਆਏ ਸੀਗੇ ਤੇ ਉਹ ਜਹਾਜ਼ ਲੈ ਕੇ ਆਏ ਸੀ, ਸਿਰਫ ਇਹ ਮਨਮਤ ਸੀਗਾ ਕਿ ਉਹਨਾਂ ਨੇ ਵਿਦੇਸ਼ ਜਾਣਾ, ਉਹਨਾਂ ਦਾ ਵੀਜ਼ਾ ਜਿਹੜਾ 2-3 ਵਾਰ ਰਿਫਿਊਜ਼ਲ ਹੋ ਚੁੱਕਾ ਸੀ। ਲੇਕਿਨ
ਜਿਹੜੇ ਐਸ ਜੀ ਪੀ ਸੀ ਦੇ ਵੱਲੋਂ ਜਾਂ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਇਹ ਸਿਰਫ ਮਨ ਮੱਤ ਹੈ, ਜੇਕਰ ਤੁਸੀਂ ਦਿਲੋਂ ਮਨੋ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਉਹ ਅਰਦਾਸ ਨੂੰ ਮਨਜ਼ੂਰ ਕਰ ਲੈਂਦੇ ਨੇ ਤੇ ਜਹਾਜ਼ ਚੜ੍ਹਾਉਣ ਦੀ ਕੋਈ ਨੌਬਤ ਨਹੀਂ ਆਉਂਦੀ ਹੈ। ਫਿਲਹਾਲ ਇਸ ਵੀਡੀਓ 'ਚ ਇੰਨਾ ਹੀ। ਤੁਹਾਨੂੰ ਤੁਹਾਡੀ ਕੀ ਰਾਏ ਹੈ ਇਸ ਹਦਾਇਤ ਨੂੰ ਲੈ ਕੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਫਿਲਹਾਲ ਮੈਨੂੰ ਯਾਨੀ ਕਿ ਜੰਨਤ ਸ਼ੁਭ ਨੂੰ ਦਿਓ ਇਜਾਜ਼ਤ ਤੇ ਕੈਮਰਾਮੈਨ ਤਰੁਣ ਨੂੰ ਵੀ। ਇੱਦਾਂ ਦੀ ਵੀਡੀਓ ਤੁਹਾਡੇ ਨਾਲ ਲੈ ਕੇ ਆਉਂਦੇ ਰਹਾਂਗੇ।